ਪੁਰਾਣੇ ਮੇਰੇ ਮਿੱਤਰ ਨੇ ਉਹਨਾਂ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਤੋਂ ਹਾਈ ਕਮਾਂਡ ਦੇ ਨਾਮ ਤੇ ਟਿਕਟ ਦਿਵਾਉਣ ਦੇ ਨਾਮ ਤੇ ਉਹ ਤੋਂ ਪੈਸੇ ਲੈ ਗਿਆ ਕਈ ਕਰੋੜ ਰੁਪਈਆ ਇਹ ਤੇ ਫਿਰ ਇਸੇ ਕਰਕੇ ਲਗਥਲਗ ਪੈ ਗਿਆ ਸਿੱਧੂ ਮੂਸੇਵਾਲਾ ਉਹਨੂੰ ਕਹਿਣਾ ਪਿਆ ਸਿਮਰਜੀਤ ਸਿੰਘ ਮਾਨ ਦਾ ਫੋਨ ਆਉਂਦਾ ਤਾਂ ਉਹਨੂੰ ਕਹਿਣਾ ਪਿਆ ਕਿ ਬਾਪੂ ਮੈਂ ਤਾਂ ਤੇਰਾ ਫੋਨ ਡੀਕਦਾ ਸੀ ਮੈਂ ਤੇਰੇ ਨਾਲ ਆ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਵਾਲਾ ਬੰਦਾ ਮੌਤ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਰਿਹਾ ਤੇ ਇਹਨੇ ਰਾਜੇਵ ਲਿੰਗ ਨੇ ਆਪਦੇ ਹਲਕੇ ਚ ਪ੍ਰਚਾਰ ਰੱਖਿਆ ਸੀ ਕਿੱਧਰ ਬਾਹਰ ਉਹਦਾ ਜਿੱਤਣ ਤੋਂ ਬਾਅਦ ਉਹਦੇ ਪੋਸਟਰ ਲਾਏ ਸੀ ਵੀ ਸਿੱਧੂ ਮੂਸੇਵਾਲਾ ਕਿ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਬੇਈਮਾਨ ਬੰਦਾ ਹੈ ਮੇਰੇ ਤੋਂ ਪੈਸੇ ਖਾ ਗਿਆ ਟਿਕਟ ਦੇ ਨਾਂ ਤੇ ਔਰ ਮੇਰੇ ਪੈਸਿਆਂ ਨਾਲ ਆਪ ਚੋਣ ਜਿੱਤ ਗਿਆ ਤੇ ਮੈਨੂੰ ਹਰਵਾਤਾ ਉਹਦੀ ਬਾਤ ਹੀ ਨਹੀਂ ਪੁੱਛੀ ਉਹਦੇ ਚਲੋ ਉਹਦੀ ਬਾਤ ਨਹੀਂ ਪੁੱਛੀ ਯਾਰ ਮੈਂ ਸਿੱਧੂ ਮੂਸੇ ਵਾਲੇ ਦਾ ਕੋਈ ਗਾਣਾ ਨਹੀਂ ਸੁਣਿਆ ਪਰ ਮੈਂ ਉਹਦੇ ਮਾਪੇ ਬਾਪ ਦੀ ਹਾਲਤ ਵੇਖ ਕੇ ਮੈਨੂੰ ਤਰਸ ਆਇਆ ਮੈਨੂੰ ਹਮਦਰਦੀ ਹੋਈ ਮੈਂ ਉਹਦੇ ਗੀਤ ਕੁਛ ਸੁਣੇ ਹੁਣ ਸੁਣਨ ਲੱਗਿਆ ਬਾਅਦ ਚ ਕੀ ਸੁਣੇ ਮੈਂ ਗੀਤ ਅਸਲ ਸੁਣਦਾ ਨਹੀਂ ਮੈਂ ਕੀਰਤਨ ਸੁਣਦਾ ਤੇ ਮੈਂ ਉਸ ਤੋਂ ਬਾਅਦ ਉਹਦੇ ਗੀਤ ਸੁਣੇ ਤੰਮੈ ਨੂੰ ਪਤਾ ਲੱਗਿਆ ਕਿ ਉਹਦਾ ਕੀ ਲਿਖਦਾ ਸੀ ਉਹ ਕੀ ਬੋਲਦਾ ਸੀ ਕੀ ਗਾਉਂਦਾ ਸੀ ਸਿਰਫ ਇੱਕ ਉਸ ਮਾਪੇ ਦਾ ਦਰਦ ਵੇਖ ਕੇ ਤੇ ਅੱਜ ਵੀ ਜਦੋਂ ਮੈਂ ਉਹਦੀ ਆ ਇੰਗਲੈਂਡ ਦੀ ਮੈਂ ਪਰਸੋਂ ਕੱਲਾ ਬੈਠਾ ਵੀਡੀਓ ਦੇਖਦਾ ਸੀ ਮੇਰੇ ਅੱਖਾਂ 'ਚ ਪਾਣੀ ਆ ਗਿਆ ਕਿ ਯਾਰ ਇਹਨਾਂ ਦਾ ਕਸੂਰ ਕੀ ਆ ਵਿਚਾਰਿਆਂ ਦਾ ਕਿਉਂਕਿ ਇਹ ਦੁਨੀਆ ਦੇ ਬਾਦਸ਼ਾਹ ਬੰਦੇ ਆ ਇਹਨਾਂ ਨੂੰ ਸਭ ਕੁਝ ਮਿਲਿਆ ਤੇ ਇਹਨਾਂ ਕੋਲ ਅੱਜ ਹੈ ਵੀ ਕੁਛ ਨਹੀਂ ਜੇ ਅੱਜ ਉਹ ਕਿਤੇ ਜਾਂਦੇ ਆ ਤਾਂ ਮਾਪੇ ਉਹਨਾਂ ਨੂੰ ਐ ਮਿਲਦੇ ਆ ਤੇ ਕੋ ਸੰਦੀਪ ਸੰਦੀਪ ਨੰਗਲਾਂ ਵੀ ਹਥਿਆਰਾਂ ਤੇ ਪਾਬੰਦੀ ਲਾਉਣੀ ਆ ਤਾਂ ਨਜਾਇਜ਼ ਤੇ ਲਵਾਓ ਤੂੰ ਦੱਸ ਦੇ ਵੀ ਤੂੰ ਸਰਕਾਰ ਦੇ ਖਿਲਾਫ ਕਿਉਂ ਨਹੀਂ ਬੋਲਿਆ ਕਿਉਂ ਅੰਤਮ ਸੰਸਕਾਰ ਕਰਨ ਲਈ ਸਿੱਧੂ ਮੂਸੇਵਾਲਾ ਦਾ ਤੂੰ ਉਹਦੇ ਬਾਪ ਤੇ ਪ੍ਰੈਸ਼ਰ ਪਾਇਆ ਕਦੋਂ ਪਾਇਆ ਤੈਨੂੰ ਸਟੇਜ ਤੋਂ ਕਹਾਉਣ ਦੀ ਕੀ ਲੋੜ ਪੈ ਗਈ ਉਹਦੀ ਅੰਤਮ ਅਰਦਾਸ ਵਾਲੇ ਦਿਨ ਭੋਗ ਤੇ ਅਸੀਂ ਸਾਹਮਣੇ ਬੈਠੇ ਸੀ ਗੁਰੂ ਸਾਹਿਬ ਦੇ ਸਨਮੁਖ ਸਰਦਾਰ ਬਲਕੌਰ ਸਿੰਘ ਸਿੱਧੂ ਨੂੰ ਇਹ ਬੋਲਣ ਦੀ ਲੋੜ ਕਿਉਂ ਪੈ ਗਈ ਕਿ ਰਾਜਾ ਵੜਿੰਗ ਤਾਂ ਸਾਡੀ ਮਦਦ ਕਰ ਰਿਹਾ ਅਲਟਨੀ ਚੱਲ ਰਿਹਾ ਇਹ ਵੀ ਤੂੰ ਤੇ ਪ੍ਰੈਸ਼ਰ ਪਾ ਕੇ ਕੋਹਾਇਆ ਕੋ ਸ਼ਰੀਫਰ ਆਦਮੀ ਆ ਵਿਚਾਰਾ ਤੇ ਇਹ ਇਹ ਗੱਲਾਂ ਧਿਆਨ ਮੰਗਦੀਆਂ ਨੇ ਜੇ ਕੀ ਲੋੜ ਕੀ ਸੀ ਸੰਸਕਾਰ ਕਰਨ ਦੀ ਕੀ ਬੰਦੇ ਫੜੇਗੇ ਸੀ ਇੱਕ ਸੁਧਾਰਨ ਵਿਅਕਤੀ ਦਾ ਕਿਤੇ ਕਤਲ ਹੁੰਦਾ ਹੈ ਮੈਂ ਬਹੁਤ ਵਾਰੀ ਇਹ ਕੁਝ ਦੇਖਿਆ ਹੈ ਮੇਰੇ ਇੱਕ ਦੋਸਤ ਦਾ ਤਾਏ ਦੀ ਮੌਤ ਹੋ ਗਈ ਪੁਲਿਸ ਨੇ ਉਹ ਹਾਰਟ ਦਾ ਮਰੀ ਸੀ ਉਹ ਪੁਲਿਸ ਆਈ ਉਹਦੇ ਘਰੇ ਦਬਕੇ ਮਾਰ ਗਈ ਕਿਸੇ ਗੰਧ ਦਾ ਰੋਲਾ ਸੀ ਤੇ ਉਹ ਬਜ਼ੁਰਗ ਸੀ ਉਹਦੀ ਮੌਤ ਹੋ ਗਈ ਅਸੀਂ লাশ ਚੱਕ ਕੇ ਚੌਂਕ 'ਚ ਰੱਖੇ ਜਿੰਨਾ ਚਿਰ ਐਸਐਚਓ ਤੇ ਪਰਚਾ ਨਹੀਂ ਹੋਇਆ ਅਸੀਂ ਉਹ লাশ ਦਾ ਸੰਸਕਾਰ ਨਹੀਂ ਕੀਤਾ ਤੇ ਇਹਨੂੰ ਕੀ ਕਾਹਲੀ ਸੀਗੀ ਸੰਸਕਾਰ ਕਰਨ ਦੀ ਜਦ ਕਿ ਉੱਥੇ ਸਾਰੇ ਲੱਖੇ ਸਦਾਨੇ ਵਰਗੇ ਬੈਠੇ ਸੀ ਹੋਰ ਬੰਦੇ ਕਹਿੰਦੇ ਸੀ ਲੱਖੇ ਨੇ ਕਿਹਾ ਕਿ ਆਪਾਂ ਚੌਂਕ 'ਚ ਰੱਖੋ লাশ ਨੂੰ ਆਪਾਂ ਸੰਸਕਾਰ ਨਹੀਂ ਕਰਨਾ ਇਹਨੂੰ ਕੀ ਕਾਹਲੀ ਸੀ ਸੰਸਕਾਰ ਕਰਾਉਣ ਦੀ ਕਿ ਭਗਵਾਨਤਮਾਨ ਨੇ ਤੇ ਇੰਨਾ ਪ੍ਰੈਸ਼ਰ ਪਾ ਲਿਆ ਸੀ ਕਿ ਇਹਦੀ ਭਗਵਾਨਤਮਾਨਾਂ ਸਾੜ ਗਾਨ ਨਹੀਂ ਪਹਿਲੇ ਦਿਨ ਇਹਦਾ ਰੋਲਾ ਪੈਂਦਾ ਉਸ ਤੋਂ ਬਾਅਦ ਉਹ ਬੱਸਾਂ ਵਾਲੀ ਗੱਲ ਹੀ ਨਹੀਂ ਕਰਦਾ ਭਗਵੰਤ ਮਾਨ ਮੈਂ ਤਾਂ ਚੈਲੰਜ ਕਰਦਾ ਭਗਵੰਤ ਮਾਨ ਨੂੰ ਤੇਰੇ ਤੇ ਆਉਣੀ ਗੱਲ ਕਾਕਾ ਇਹ ਤੂੰ ਕਹਿੰਦਾ ਸੀ ਜ਼ੀਰੋ ਟੋਲਰੈਂਸ ਆ ਤੇ ਜੇ ਇਹਨੇ ਬੱਸਾਂ ਵਾਲੀ ਗੱਲ ਕੀਤੀ ਸੀ ਤੂੰ ਪਹਿਲੇ ਦਿਨ ਇਹ ਗੱਲ ਕਹੀ ਸੀਗੀ ਪਹਿਲੇ ਸੈਸ਼ਨ ਚ ਵਿਧਾਨ ਸਭਾ ਦੇ ਚ ਜਿੱਦੈ ਇਹਨੂੰ ਰਾਜੇ ਵਿਡਿੰਗ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਨਹੀਂ ਸੀ ਪਤਾ ਜਿੱਦੈ ਉਹਨੇ ਝੰਡ ਕਰੀ ਸੀ ਇਹਦੀ ਭਗਵੰਤ ਮਾਨ ਨੇ ਤੇ ਉਸ ਦਿਨ ਭਗਵੰਤ ਮਾਨ ਨੇ ਇਹ ਗੱਲ ਕਹੀ ਸੀਗੀ ਕਿ ਤੇਰਾ ਤੂੰ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਕਿਉਂ ਲਵਾਈਆਂ ਪੰਜਾਬ ਚ ਲਗਦੀਆਂ ਭਦੌੜ ਕਿਉਂ ਨਹੀਂ ਲਵਾਈਆਂ 8 ਲੱਖ ਦਾ ਕਪੜਾ ਦੱਸ ਰਹੇ ਆ ਉਸ ਤੋਂ ਬਾਅਦ ਨਾ ਤਾਂ ਭਗਵੰਤ ਮਾਨ ਨੇ ਮੂੰਹ ਖੋਲਿਆ ਤੇ ਨਾ ਉਸ ਤੋਂ ਬਾਅਦ ਇਹ ਬੋਲਿਆ ਕੁਝ ਭਗਵੰਤ ਮਾਨ ਦੇ ਖਿਲਾਫ ਲੱਕੇ ਚੱਲ ਰਿਹਾ ਤੁਹਾਡੇ ਕਹਿੰਦਾ ਪੂਰੇ ਜੀ ਮੈਂ ਕਿਹਾ ਕਿਓ ਖਿਚੜੀ ਉਗ ਚੱਲ ਰਹੇ ਆ ਤਾਂ ਹੀ ਤਾਂ ਮੈਂ ਚੈਲੰਜ ਕਰ ਰਿਹਾ ਨਾ ਭਗਵਾਨ ਤੁਮ ਨੂੰ ਕਰਾਵੇ ਜਾਂਚ ਕਰਾ ਜਾਂਚ ਨਹੀਂ ਤੇਰੇ ਤੇ ਕਲੰਕ ਲੱਗੂਗਾ ਇਹ ਕਿ ਤੂੰ ਕਹਿੰਦਾ ਹੁੰਦਾ ਸੀ ਅੱਗੇ ਸਟੇਜਾਂ ਤੋਂ ਕਿ ਕਾਲੀ ਕਾਂਗਰਸੀ ਬਾਦਲ ਤੇ ਕੈਪਟਨ ਮਿਲੇ ਹੋਏ ਆ ਬਾਦਲ ਤੇ ਕੈਪਟਨ ਮਿਲੇ ਹੋਏ ਸੀ ਕਾਲੀ ਕਾਂਗਰਸੀ ਨਹੀਂ ਤੂੰ ਇਹ ਗੱਲ ਕਹਿੰਦਾ ਹੁੰਦਾ ਸੀ ਅੱਜ ਇਹ ਇਲਜ਼ਾਮ ਤੇਰੇ ਤੇ ਲੱਗ ਰਿਹਾ ਵੀ ਤੂੰ ਤੇ ਰਾਜਾ ਬੜਿੰਗ ਮਿਲੇ ਹੋਏ ਆ ਜਾਂਚ ਕਰਾਏ ਦੀ ਇਹਦੇ ਸਾਲੇ ਦਾ ਮਸਲਾ ਆ ਗਿਆ ਸੀਗਾ ਉਹ ਕਿਸੇ ਬੰਦੇ ਨੇ ਸੁਸਾਈਡ ਨੋਟ ਦਿੱਤਾ ਕਿ ਮੈਂ ਸਿਰਫ ਇਸ ਕਰਕੇ ਮਰ ਰਿਹਾ ਹਾਂ ਫ੍ਰੀ ਕੋਰਟ ਦਾ ਤੁਹਾਡੇ ਧਿਆਨ ਚ ਉਹਨਾਂ ਦੇ ਛੋਟੇ ਛੋਟੇ ਬੱਚੇ ਸੀ ਉਹਦੇ ਬੱਚੇ ਰੋਲਦੇ ਇਹਦੇ ਤੇ ਇਹ ਉਹਦੀ ਪੈਰੀ ਡਿੱਗ ਪਿਆ ਕੈਪਟਨ ਅਮਰਿੰਦਰ ਸਿੰਘ ਦੇ ਉੱਥੇ ਹੀ ਕੇਸ ਬੰਦ ਹੋ ਗਿਆ ਖੋਲ ਖਲਵਾਵੇ ਉਹ ਵੀ ਜਾਂਚ ਕਰਵਾਵੇ ਕਿ ਇਹ ਇੰਨਾ ਜਾਂਚਾਂ ਤੋਂ ਡਰਦਾ ਰਾਜਾ ਬਣੇ ਕੋ ਉਹਦੀ ਬੋਲੀ ਬੋਲ ਰਿਹਾ